ਅਸੀਂ ਗੁਰਦੁਆਰਾ ਫਰੈਂਕਫੋਰਟ ਦੇ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ। ਪ੍ਰਧਾਨ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਇਹ ਸਵਾਲ, ਜੋ 14 ਤਰੀਕ ਦੀ ਮੰਦਭਾਗੀ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਜਿਸ ਤਰ੍ਹਾਂ ਉਹ ਵਾਪਰੀ ਹੈ, ਕੀ ਇਹ ਅਚਨਚੇਤ ਸੀ ਜਾਂ ਤੁਹਾਨੂੰ ਪਤਾ ਸੀ? ਬਰਗਾੜੀ ਕਾਂਡ ਤੋਂ ਸ਼ਰੇਆਮ ਬੋਲਿਆ ਹੈਗਾ ਕਿ ਜਿਹੜਾ ਫਰੈਂਕਫੋਰਟ ਦਾ ਪ੍ਰਧਾਨ ਉਹ ਏਜੰਸੀਆਂ ਦਾ ਬੰਦਾ। ਪ੍ਰਧਾਨ ਸਾਹਿਬ ਨੇ ਇਹ ਗੱਲ ਬਿਲਕੁਲ ਸਪਸ਼ਟ ਕਰਤੀ ਹੈ, ਜੋ 14 ਤਰੀਕ ਨੂੰ ਮੰਦਭਾਗੀ ਘਟਨਾ ਵਾਪਰੀ ਹੈ, ਹਾਂਜੀ, ਇਹਦੇ ਬਾਰੇ ਤੁਹਾਨੂੰ ਪਹਿਲਾਂ ਸੰਕੇਤ ਸਨ? ਉਹਨੇ ਸਿੱਧਾ ਕਿਹਾ ਕਿ ਅਸੀਂ ਇੰਦਰਾ ਗਾਂਧੀ ਨੇ ਛੱਡੀ, ਇਹ ਭਾਈ ਦੇ ਕੌਣ ਹੈ, ਇਹਦਾ ਮਤਲਬ ਡਿਬੇਟ ਕਰਨ ਆ ਰਿਹਾ, ਉਹ ਧਮਕੀ ਤਾਂ ਪਹਿਲਾਂ ਲਾ ਰਿਹਾ। ਕੀ ਕਾਰਨ ਬਣੇ ਤੁਸੀਂ ਇਸ ਮੰਦਭਾਗੀ ਘਟਨਾ ਨੂੰ ਟਾਲਣ ਵਿੱਚ ਨਾਕਾਮ ਕਿਵੇਂ ਰਹੇ? ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ, ਪੂਰੇ ਯੂਰਪ ਲੈਵਲ ਦੇ ਉੱਤੇ ਉਹਨਾਂ ਨੇ ਆਦਮੀ ਪੂਰੇ ਮੰਗਵਾਏ ਹੋਏ। ਪਰ ਵੀ ਜਿਹੜੇ ਬੰਦੇ, ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਵਿਅਕਤੀ ਮਗਰੋਂ ਪ੍ਰੋਗਰਾਮ ਕਰਾ ਰਹੇ ਨੇ, ਉਹ ਬੰਦੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਸਹਿਮਤ ਨੇ, ਉਹਨਾਂ ਦੇ ਪਹਿਲਾਂ ਪ੍ਰੋਗਰਾਮ ਕਰਾਏ ਨੇ, ਕਿ ਇਹ ਉਹਨਾਂ ਦਾ ਦੋਸ਼ ਗਲਤ ਹੈ ਜਾਂ ਠੀਕ ਹੈ? ਜਾਂ ਇਵੇਂ ਵੀ ਕਿਹਾ ਗਿਆ ਵੀ ਅਸੀਂ ਜੁੱਤੀਆਂ ਮਾਰ ਕੇ ਵੀ ਪ੍ਰੋਗਰਾਮ ਰੋਕਣਾ, ਜਾਂ ਇਵੇਂ ਵੀ ਕਿਹਾ ਗਿਆ ਜੇ ਮਾਂ ਦਾ ਦੁੱਧ ਪੀਤਾ ਤਾਂ। ਕੀ ਇਹ ਤੁਸੀਂ ਮਹਿਸੂਸ ਕਰਦੇ ਹੋ ਜੇ ਇਹ ਦੋਨੇ ਧਿਰਾਂ ਬਹਿ ਜਾਂਦੀਆਂ, ਕੀ ਇਹ ਲੜਾਈ ਦਾ ਹੱਲ ਇਹ ਹੋ ਸਕਦਾ ਸੀ? ਕੀ ਇਹ ਲੜਾਈ ਹੁਣ ਟਲ ਸਕਦੀ ਸੀ? ਉਦੋਂ ਜਦੋਂ ਅਸੀਂ ਮੀਟਿੰਗ ਵਿੱਚ ਬੈਠੇ ਸੀ, ਕਿਤੇ ਵੀ ਕੋਈ ਮੁੱਦਾ ਨਹੀਂ ਹੈ, ਸਿਰ ਮੁੱਦਾ ਇਹੋ ਆਉਂਦਾ ਵੀ ਉਹਨੇ ਸਰੋਵਰਾਂ ਬਾਰੇ ਕਿੰਤੂ ਸਟਾਲਨ ਤੋਂ ਵੀਡੀਓ ਪਾਈ ਹੈ ਜੀ ਕਿ ਭਾਈ ਪ੍ਰੰਤਪ੍ਰੀਤ ਸਿੰਘ ਨੂੰ ਰੋਕਿਆ ਜਾਵੇ, ਉਹ ਸਰੋਵਰਾਂ ਨੂੰ ਛੱਪੜ ਕਹਿੰਦੇ। ਜੇ ਇਹਨਾਂ ਦੀ ਆਪਸੀ ਗੱਲਬਾਤ ਹੋ ਜਾਂਦੀ, ਕੀ ਮੁੱਦਾ ਸੁਲਝ ਸਕਦਾ ਸੀ ਜਾਂ ਨਹੀਂ? ਹਮੇਸ਼ਾ ਹੀ ਇਹ ਸਵਾਲ ਸੀ ਵੀ ਜੇ ਇਹ ਪ੍ਰੋਗਰਾਮ ਤੁਸੀਂ ਰੋਕਦੇ ਹੋ ਜੀ ਤਾਂ ਠੀਕ ਹੈ, ਨਹੀਂ ਤਾਂ ਇੱਥੇ ਲੜਾਈਆਂ ਹੋਣਗੀਆਂ। ਤੁਹਾਡੇ ਕੋਲ ਇਹ ਵੀ ਹੱਕ ਹੈਗਾ, ਤੁਸੀਂ ਪੁਲਿਸ ਨੂੰ ਫੋਨ ਕਰਕੇ ਐਡਰੈਸ ਵੀ ਦੇ ਸਕਦੇ ਹੋ, ਇਹ ਬੰਦੇ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਜਾਵੇ, ਸਾਡੇ ਇੱਥੇ ਲੜਾਈ ਹੋਣ ਦੇ ਚਾਂਸ ਨੇ। ਅਸੀਂ ਕਿਹਾ ਵੀ ਜੇ ਤਾਂ ਉਹਨਾਂ ਦੇ ਖਿਲਾਫ ਤੁਹਾਡੇ ਕੋਲ ਕੋਈ ਉਹਨਾਂ ਦਾ ਬੋਲਿਆ ਹੋਇਆ ਸ਼ਬਦ ਹੈਗਾ ਜੀ ਤਾਂ ਸਾਨੂੰ ਦਿਓ, ਅਸੀਂ ਪ੍ਰੋਗਰਾਮ ਕੈਂਸਲ ਕਰਨ ਨੂੰ ਤਿਆਰ। ਇਹ ਵੀ ਤੁਸੀਂ ਕਹਿ ਸਕਦੇ ਸੀ ਆਹ ਜਿਹੜੇ ਬੰਦੇ ਬਾਹਰੋਂ ਆਏ ਨੇ, ਇਹ ਬੰਦੇ ਸਾਡੀ ਹਦੂਦ ਵਿੱਚ ਨਹੀਂ ਆ ਸਕਦੇ, ਕੀ ਇਹ ਉਪਰਾਲੇ ਦੇ ਨਾਲ ਲੜਾਈ ਰੁਕ ਸਕਦੀ ਸੀ ਜਾਂ ਨਹੀਂ? ਉਹ ਕਹਿੰਦੇ ਗੱਲ ਕਰਨੀ, ਮੈਂ ਕਿਹਾ ਭਾਈ ਬਲਦੇਵ ਸਿੰਘ ਜੀ ਆਓ, ਗੁਰਸਿੱਖਾਂ ਵਾਲੀ ਵਿਚਾਰ ਆ, ਜਦੋਂ ਵੀ ਤੁਸੀਂ ਬੈਠ ਕੇ ਆ, ਇਹ ਨਹੀਂ ਹੁੰਦੀ ਵੀ ਸੋਸ਼ਲ ਮੀਡੀਆ 'ਚ ਇੱਕ ਦੂਜੇ ਨੂੰ ਚੈਲੰਜ ਕਰਕੇ ਡਿਬੇਟਾਂ ਨਹੀਂ ਹੁੰਦੀਆਂ। ਮੈਂ ਇਹ ਕਹਿੰਦਾ ਜਦੋਂ ਤੁਸੀਂ ਹਰ ਗੱਲ 'ਤੇ ਸੰਗਤ ਨਾਲ ਸਹਿਮਤ ਹੁੰਦੇ ਹੋ ਤਾਂ ਸੰਗਤ ਸਹਿਮਤ ਕਰਦੇ ਹੋ, ਆਪਾਂ ਇੱਥੇ ਵੀ ਸਹਿਮਤ ਕਿਸੇ ਨਾ ਕਿਸੇ ਤਰੀਕੇ ਹੋ ਸਕਦੇ। ਤੁਸੀਂ ਪ੍ਰੋਗਰਾਮ ਰੋਕੋ ਰੋਕੋ, ਨਹੀਂ ਤਾਂ ਇੱਥੇ ਸਿਰ ਵੱਢੇ ਜਾਣਗੇ। ਅਸੀਂ ਇਸ ਗੱਲ ਦੇ ਧਾਰਨੀ ਨਹੀਂ ਸੀ। ਜਿਹੜੀ ਮੈਜੋਰਿਟੀ ਹੈ ਨਾ, ਜਿਹੜੇ ਕਿ ਸਿੱਖ ਰਹਿਤ ਮਰਿਆਦਾ ਨਾਲ ਨਹੀਂ ਸਹਿਮਤ, ਉਹ ਇਹਨੂੰ ਕਹਿੰਦੇ ਨੇ ਖਰੜਾ। ਛੱਪੜਿਆ ਸਬੂਤ ਤੁਹਾਨੂੰ ਅੱਜ ਤੱਕ ਵੀ ਨਹੀਂ ਮਿਲਿਆ? ਆਹੀ ਗੱਲ ਜੇ ਪੰਥਪ੍ਰੀਤ ਸਿੰਘ ਤੇ ਆਪਣੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਬੈਠ ਕੇ ਇਹ ਗੱਲ ਕਰ ਲੈਂਦੇ ਵੀ ਛੱਪੜੀ ਹੈ ਕਿੱਥੇ, ਸਾਨੂੰ ਦੱਸੋ। ਐਂਡ ਤੱਕ ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਸੀ, ਵਿਰੋਧ ਅਸੀਂ ਇਸ ਚੀਜ਼ ਨਾਲ ਮੰਨਦੇ, ਵਿਰੋਧ ਕਰਨਾ ਉਹਨਾਂ ਦਾ ਰਾਈਟ ਆ, ਪਰ ਹਮਲਾ ਕਰਨਾ ਰਾਈਟ ਨਹੀਂ ਹੈ। ਉਹ ਬੰਦਿਆਂ ਨੂੰ ਤੁਸੀਂ ਗੁਰੂ ਘਰ ਤੋਂ ਮਨਾਹੀ ਕੀਤੀ ਹੈ, ਕੀ ਤੁਸੀਂ ਇਹ ਗੱਲ ਨੂੰ ਮਹਿਸੂਸ ਕਰਦੇ ਹੋ ਵੀ ਉਹਨਾਂ ਨੂੰ ਮਨਾਹੀ ਕਰਨ ਤੋਂ ਪਹਿਲਾਂ ਸਾਨੂੰ ਉਹਨਾਂ ਦਾ ਫਰਜ਼, ਉਹਨਾਂ ਦਾ ਪੱਖ ਜਾਣਨਾ ਚਾਹੀਦਾ ਸੀ? ਜਿਹੜੀ ਅਕਾਲ ਤਖ਼ਤ ਦੀ ਪੰਥ ਪਰਮਾਤ ਰਹਿਤ ਮਿਲਦਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਲਾਗੂ ਆ ਜੀ ਵੀ 14 ਤਰੀਕ ਨੂੰ ਪੰਥਪ੍ਰੀਤ ਸਿੰਘ ਨੂੰ ਬੁਲਾਉਣਾ। ਸਿੱਖ ਰਹਿਤ ਮਰਿਆਦਾ ਵਿੱਚ ਦੋ ਹੀ ਰੰਗ ਨੇ, ਕੇਸਰੀ ਭਗਮ ਕੇਸਰੀ ਅਤੇ ਨੀਲਾ, ਵੀ ਅਸੀਂ ਉਹਨਾਂ ਕੋਲੋਂ ਸਿੱਖ ਮਰਿਆਦਾ ਰਹਿਤ ਮਰਿਆਦਾ ਦੀ ਗੱਲ ਕਰਾ ਕੇ ਇਹ ਉਹਨਾਂ ਕੋਲੋਂ ਸਰਟੀਫਿਕੇਟ ਲਵਾਂਗੇ ਕਿ ਇਹ ਜਿਹੜਾ ਨੀਲਾ ਰੰਗ ਵੀ ਹੋਣਾ ਚਾਹੀਦਾ ਹੈ, ਜਦੋਂ ਲੰਬੇ ਸਮੇਂ ਤੋਂ ਕੇਸਰੀ ਨਿਸ਼ਾਨ ਝੁਲਦਾ ਆ ਰਿਹਾ। ਕੀ ਕਾਰਨ ਬਣਿਆ ਤੁਸੀਂ ਨੀਲਾ ਰੰਗ ਜਿਹੜਾ ਆ ਦੋ ਹਫ਼ਤੇ ਬਾਅਦ ਉਹ ਲਾਇਆ ਵੀ, ਫਿਰ ਲਾਉਣ ਦਾ ਕੀ ਕਾਰਨ ਬਣਿਆ ਜੇ ਉਹ ਰਹਿਤ ਮਰਿਆਦਾ ਵਿੱਚ ਸੀ?